ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਸਬ ਤਹਿਸੀਲ ਭਿੱਖੀਵਿੰਡ ਨੂੰ ਬਦਲੇ ਜਾਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਰੋਸ ਵਿੱਚ ਆਣ ਕੇ ਭਿੱਖੀਵਿੰਡ ਵਿਖੇ ਅੰਮ੍ਰਿਤਸਰ ਖੇਮਕਾ ਰੋਡ ਕੀਤਾ ਜਾਮ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ। ਭਿੱਖੀਵਿੰਡ ਸਬ ਤਹਿਸੀਲ ਨੂੰ ਰੈਫਰ ਕਰਕੇ ਪਿੰਡ ਡਿੱਬੀਪੁਰਾ ਵਿਖੇ ਲੈ ਕੇ ਜਾਣ ਤੋਂ ਭੜਕੇ ਕਸਬਾ ਭਿੱਖੀਵਿੰਡ ਦੇ ਇਲਾਕੇ ਦੇ ਲੋਕਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਕਰ ਭਿੱਖੀਵਿੰਡ ਚੌਂਕ ਵਿੱਚ ਲਾਇਆ ਧਰਨਾ, ਅੰਮ੍ਰਿਤਸਰ ਖੇਮਕਾ ਮਾਰਗ ਕੀਤਾ ਜਾਮ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਕਈ ਚਿਰ ਤੋਂ ਮੰਗ ਤੋਂ ਬਾਅਦ ਇੱਥੇ ਸਬ ਤਹਿਸੀਲ ਭਿੱਖੀਵਿੰਡ ਬਣਾਈ ਗਈ ਸੀ ਅਤੇ ਇੱਥੇ SDM ਦਫ਼ਤਰ ਬਣਾਇਆ ਗਿਆ ਸੀ, ਜਿਸ ਤੋਂ ਕਿ ਮੌਕੇ ਦੀ ਸਰਕਾਰ ਨੇ ਬਦਲੀ ਕਰਕੇ ਉਸ ਨੂੰ ਵਡੋਆ ਵਿਖੇ ਤਬਦੀਲ ਕਰ ਦਿੱਤਾ ਹੈ ਅਤੇ ਹੁਣ ਸਬ ਤਹਿਸੀਲ ਦੇ ਦਫ਼ਤਰ ਦੀ ਬਦਲੀ ਕਰ ਡਿੱਬੀਪੁਰਾ ਵਿਖੇ ਰੈਫਰ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਭਿੱਖੀਵਿੰਡ ਦੇ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਰੋਸ ਵਿੱਚ ਆਣ ਕੇ ਅੰਮ੍ਰਿਤਸਰ ਖੇਮਕਾ ਰੋਡ ਜਾਮ ਕਰ ਚੌਂਕ ਵਿੱਚ ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਸਾਨੂੰ ਆਣ ਕੇ ਇਹ ਵਿਸ਼ਵਾਸ ਨਹੀਂ ਦਿਵਾਉਂਦਾ ਕਿ ਤਹਿਸੀਲ ਇੱਥੋਂ ਨਹੀਂ ਬਦਲੀ ਜਾਵੇਗੀ, ਉਦੋਂ ਤੱਕ ਇਹ ਰੋਸ ਮਾਰਚ ਜਾਰੀ ਰਹੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਕੋਲ ਮੌਕੇ 'ਤੇ ਪਹੁੰਚੇ SDM ਨਵਰਾਜ ਸਿੰਘ ਬਰਾੜ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨੇ ਨੂੰ ਸਮਾਪਤ ਕੀਤਾ ਗਿਆ। ਮੈਂ CPIM ਦਾ ਹਿੰਦ ਕਮਿਊਨਿਸਟ ਪਾਰਟੀ ਮਾਰਚ ਕਮੇਟੀ ਦਾ ਸਟੇਟ ਦਾ ਸਫਾਈ ਸਕੱਤਰੇਤ ਦਾ ਮੈਂਬਰ ਹਾਂ ਅਤੇ ਜ਼ਿਲ੍ਹਾ ਤਰਨ ਤਾਰਨ ਦਾ ਸਕੱਤਰ। ਸਾਡੀ ਭਿੱਖੀਵਿੰਡ ਜਿਹੜੀ ਸਬ ਤਹਿਸੀਲ ਆ ਇਹ ਬਾਰਡਰ ਦੀ ਬੈਲਟ ਆ, ਬਾਰਡਰ ਦੀ ਬੈਲਟ ਹੋਣ ਕਰਕੇ ਬੜੀਆਂ ਮਾਰਾਂ ਵੱਜੀਆਂ ਇਸ ਇਲਾਕੇ ਨੂੰ। 1965-1971 ਦੀ ਲੜਾਈ ਇਹ ਪੂਰਾ ਉਜੜਿਆ ਅਤੇ ਫਿਰ ਵਸਿਆ ਔਰ ਉਦੋਂ ਬਾਅਦ 10 ਸਾਲ ਜਿਹੜਾ ਪੰਜਾਬ ਚੱਕਵਾਦ ਦਾ ਦੌਰ ਚੱਲਿਆ, ਸਾਡੇ ਦਰਜਨਾ ਸਾਥੀ 11 ਜੀ ਸਾਡੇ ਇੱਕੇ ਪਰਿਵਾਰ ਦੇ ਮਾਰੇ ਗਏ। ਸੁੱਚਾ ਸਿੰਘ ਨਾਨਵਾ ਸਾਡੇ ਉਹ ਸੀ ਮਸਤਾਨਾ ਜੀ, ਉਹ ਸਾਡੇ ਜਿਹੜੇ ਆਗੂ ਸੀ ਉਹਨਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਅੱਜ ਇਹ 100 ਪਿੰਡਾਂ ਦਾ ਰਾਈਟ ਆ, 100 ਪਿੰਡ ਚਾਹੁੰਦਾ ਭਿੱਖੀਵਿੰਡ ਆਉਂਦੇ ਨੇ, ਭਿੱਖੀਵਿੰਡ ਦੇ ਸਪੀਕਰ ਆ, ਭਿੱਖੀਵਿੰਡ ਬਣਨਾ ਚਾਹੀਦਾ ਔਰ ਨੋਟੀਫਿਕੇਸ਼ਨ ਹੋਇਆ, ਨੋਟੀਫਿਕੇਸ਼ਨ ਦੇ ਬਾਅਦ PB 38 ਨੰਬਰ ਨੂੰ ਲਾਗੂ ਕੀਤਾ ਗਿਆ ਔਰ ਇੱਥੋਂ ਦੇ ਜਿਹੜੇ ਹਾਕਮ ਨੇ ਮੌਕੇ ਦਾ ਜਿਹੜਾ MLA ਆ ਉਹ ਇਸ ਗੱਲ ਨੂੰ ਦਰਕਿਨਾਰ ਕਰਕੇ ਉਹ ਚਾਹੁੰਦਾ ਤਹਿਸੀਲ ਅਮਰਕੋਟ ਦੇ ਲਾਗੇ ਬਣੇ। ਅਮਰਕੋਟ ਉਹਦੇ ਵੱਡਿਆਂ ਵਡੇਰਿਆਂ ਦਾ ਗੁਰਜੀਤ ਸਿੰਘ ਦੇ ਅਮਰ ਸਿੰਘ ਸੀ ਉਹਦੇ ਨਾਂ 'ਤੇ ਰੱਖਿਆ ਗਿਆ, ਉਹਨਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ। ਉਹ ਚਾਹੁੰਦੇ ਆ ਵੀ ਤਹਿਸੀਲ ਇੱਥੇ ਆਊ, ਸਾਡੀਆਂ ਜ਼ਮੀਨਾਂ ਮਹਿੰਗੀਆਂ ਵੀ ਕਰਨ। ਇੱਕ ਬੰਨੇ 100 ਪਿੰਡ ਜਿਹਨੇ ਇੱਥੋਂ ਇਕੱਲਾ ਗੁਰਜੀਤ ਸਿੰਘ ਜਦੋਂ ਮੰਤਰੀ ਵੀ ਬਣਿਆ ਕੈਬਨਿਟ ਮੰਤਰੀ ਇਸ ਇਲਾਕੇ ਨੇ ਬਣਾਇਆ, ਜਿੰਨੇ ਵੀ ਵੱਡੇ ਵੱਡੇ ਲੋਕ ਜਿੱਤ ਕੇ ਗਏ ਇਸ ਇਲਾਕੇ ਦਾ ਯੋਗਦਾਨ, ਅੱਜ ਉਹਨਾਂ ਲੋਕਾਂ ਦਾ ਜਦੋਂ ਦੇ ਇੱਥੋਂ ਦੇ ਨੌਜਵਾਨ ਨਿਰਾਸ਼ ਨੇ, ਬਾਹਰ ਨੂੰ ਭੱਜ ਰਹੇ ਨੇ, ਨਸ਼ੇ ਦੀ ਦਲਦਲ ਫਸੇ ਨੇ,
ਇਹ ਸਭ ਸਾਹਿਲ ਤੋਂ ਧਿਆਨ ਪਾਸੇ ਹਟਾਉਣ ਲਈ ਅੱਜ ਦੀਆਂ ਸਰਕਾਰਾਂ, ਅੱਜ ਦੇ ਜਿਹੜੇ ਪ੍ਰਸ਼ਾਸਕ ਆ, ਉਹਨਾਂ ਨੂੰ ਘੱਟੋ ਘੱਟ ਇਹੋ ਜਿਹੇ ਮੁੱਦੇ 'ਤੇ ਮੈਂ ਸ਼ਰਮ ਸਮਝਦੇ ਮਤਲਬ ਨਹੀਂ ਲੈਣਾ ਕਹਿਣਾ ਚਾਹੀਦਾ, ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਬਿਲਕੁਲ ਗਲਤ ਆ, 100 ਪਿੰਡਾਂ ਦੇ ਲੋਕਾਂ ਦੇ ਨਾਲ ਧੱਕਾ ਹੈ, ਕਿਉਂਕਿ ਭਿੱਖੀਵਿੰਡ ਬੱਸ ਅੱਡਾ, ਭਿੱਖੀਵਿੰਡ 'ਚ ਦੁਕਾਨਾਂ, ਭਿੱਖੀਵਿੰਡ 'ਚ DSP ਸਾਹਿਬ ਦਾ ਦਫ਼ਤਰ, ਭਿੱਖੀਵਿੰਡ 'ਚ ਸਾਰੇ ਪਟਵਾਰੀਆਂ ਦਾ ਦਫ਼ਤਰ। ਇਸ ਕਰਕੇ ਜੇ ਇੱਥੇ ਬਹਿੰਦੇ ਆ ਬਿਜਲੀ ਬੋਰਡ ਦਾ ਵੱਡਾ ਦਫ਼ਤਰ, SPO ਵਗੈਰਾ ਸਾਰੇ ਇੱਥੇ ਦਫ਼ਤਰ, ਇਸ ਕਰਕੇ ਇੱਥੋਂ ਦੁਕਾਨਦਾਰੀ ਇੱਥੋਂ ਲਿਆ 100 ਪਿੰਡਾਂ ਦੇ ਲੋਕਾਂ ਨੂੰ, ਅਸੀਂ ਚਾਹੁੰਦੇ ਹਾਂ ਧੱਕਾ ਨਾ ਕੀਤਾ ਜਾਵੇ। ਔਰ ਜੇ ਸਰਕਾਰ ਧੱਕਾ ਕਰੂਗੀ, ਅਸੀਂ ਅੱਤਵਾਦ ਦੇ ਵਿੱਚ ਇੰਨੇ ਸਾਥੀ ਪਵਾਏ, ਜੇ ਅਸੀਂ ਉਹਦੇ ਰਾਹੀਂ ਦੱਸਦੇ, ਇੱਥੋਂ ਦੇ ਥਾਣਿਆਂ ਦੇ ਮੁਖੀ ਅਸੀਂ 20-20 ਸਾਲ ਜਿਹੜੇ ਗੁੰਡਾਗਰਦੀ ਕਰਦੇ ਸੀ, ਜਿਹੜੇ ਪੁਲਿਸ ਵਾਲੇ ਨਜਾਇਜ਼ ਕਰਦੇ, ਉਹਨਾਂ ਖਿਲਾਫ ਅਸੀਂ ਲੜੇ। ਇਸ ਕਰਕੇ ਸਾਡੀ ਲੜਾਈ ਸਾਰੇ ਲੋਕਾਂ ਦੀ, ਪਾਰਟੀਆਂ ਤੋਂ ਉੱਪਰ ਅਕਾਲੀ ਆ, ਸਾਡੇ ਨਾਲ ਕਾਂਗਰਸੀ ਬਹੁਤ ਕਾਂਗਰਸੀ, ਸਾਡੇ ਨਾਲ ਸਾਰੇ ਪੰਜਾਬ ਦੇ ਦਲਾਂ ਦੇ ਲੋਕਾਂ ਨੂੰ ਨਾਲ ਲਿਖ ਕੇ ਇੱਥੇ ਤੇ ਅਸੀਂ ਧਰਨਾ ਦਾਂਗੇ। ਇਹ ਲੜਨਾ ਆ ਗਿਆ ਕਿ ਅਸੀਂ ਇਹਦਾ ਘਰ ਜਾ ਕੇ ਭਰਾਵਾ ਕਰਾਂਗੇ, ਔਰ ਇਹ ਜਿਹੜੀ ਮੰਗ ਆ ਲੋਕਾਂ ਦੀ ਮੰਗ ਆ, ਇਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਬਣਿਆ, ਜਿਹਦਾ ਅੱਜ ਜਿਹੜਾ ਰਹਿ ਜਾ ਕੇ ਸਾਂਝ ਕੇਂਦਰ ਸਵੇਰੇ 7 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਬੋਲੇ, ਕਈ ਦਿਹਾੜੀਆਂ ਛੱਡ ਕੇ, ਕਈ ਸਾਡੇ ਨੌਜਵਾਨ ਸਕੂਲੋਂ ਹਟ ਕੇ ਉੱਥੇ ਲਾਈਨਾਂ ਲੱਗੀਆਂ, ਕੰਮ ਨਹੀਂ ਹੋ ਰਿਹਾ। ਜੇ SPM ਬੈਠਾ ਹੋਵੇ ਜਿਹਨੂੰ ਬੰਦੀ ਬਣਾਇਆ, ਜੇ ਇਹਨਾਂ ਨੇ ਇਸ ਲੋਕਾਂ ਦੇ ਵੱਡੇ ਵੱਡੇ ਲੋਕਾਂ ਨੂੰ ਪਬਲਿਕ ਪਾਸੇ ਕਰਿਆ, ਇਹ ਜੇ ਇਹਨੇ ਇਸ ਸੀਟ ਨੂੰ 20-20 ਨੰਬਰ ਦੇ ਕੋਸ਼ਿਸ਼ ਕੀਤੀ, ਭਿੱਖੀਵਿੰਡ ਦੇ ਨਾਂ ਤੇ ਅਸੀਂ ਨੋਟੀਫਿਕੇਸ਼ਨ ਕੀਤਾ ਸੀ, ਉਹ ਬਦਲ ਕੇ ਉਹਨਾਂ ਨੇ ਡਿੱਬੀਪੁਰੇ ਲੈ ਗਏ ਆ। ਉਹਦੇ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ, ਸਮੂਹ ਇਲਾਕੇ ਵੱਲੋਂ ਇਹ ਰੋਸ ਕੀਤਾ ਗਿਆ ਆ ਕਿ ਸੁਖਪਾਲ ਭੁੱਲਰ ਨੇ ਸਾਰਾ ਕੁਝ ਆਪਣੇ ਹਿੱਤ ਵਾਸਤੇ ਕੀਤਾ ਗਿਆ ਆ, ਕਿ ਉੱਥੇ ਜਗ੍ਹਾ ਲੈ ਗਏ ਕਿ ਮੇਰੇ ਪੈਸੇ ਜ਼ਿਆਦਾ ਵੱਟੇ ਜਾਣ, ਅਤੇ ਮੇਰੇ ਕਿੱਲੇ ਜਿਹੜੇ 1 ਕਰੋੜ ਰੁਪਏ ਦਾ ਕਿੱਲਾ ਹੋ ਜਾਵੇ, ਜਿਹੜਾ 10-20 ਹਜ਼ਾਰ ਦਾ ਲਿਆ ਆ। ਇਸ ਕਰਕੇ ਉਹਨੇ ਪਬਲਿਕ ਨੂੰ ਨਹੀਂ ਵੇਖਿਆ, ਕਿਸੇ ਅੱਡੇ ਨੂੰ ਨਹੀਂ ਵੇਖਿਆ, ਸਿਰਫ ਉਹਨੇ ਆਪਣੇ ਆਪ ਨੂੰ ਵੇਖਿਆ ਕਿ ਮੈਨੂੰ ਪਾਵਰ ਲੋਕਾਂ ਦਿੱਤੀ ਹੈ MLA ਨਾਲ ਕਿਹਾ, ਅਤੇ ਉਹਦਾ ਨਜਾਇਜ਼ ਦੁਰ ਵਰਤੋਂ ਕਰ ਰਿਹਾ। ਤਹਿਸੀਲਦਾਰ ਇੱਥੇ, BDO ਸਾਹਿਬ ਇੱਥੇ, ਸਾਰੇ ਮਹਿਕਮੇ ਭਿੱਖੀਵਿੰਡ ਦੇ ਵਿੱਚ, ਇੱਕ ਭਿੱਖੀਵਿੰਡ ਸ਼ਹਿਰ ਨੂੰ ਫਿਰ ਦੁਬਾਰਾ ਬਣਾਇਆ ਜਾ ਰਿਹਾ ਦੀ ਸੁਵਿਧਾ ਹੈਗੀ ਆ, ਨਾ ਕੋਈ ਚਾਹ ਦੀ। ਜਿਹੜੇ ਲੋਕ ਰਜਿਸਟਰੀਆਂ ਕਰਾਉਣ ਜਾਣਗੇ 50-50 ਲੱਖ ਰੁਪਈਆ, ਉਹ ਯਾਨੀ ਕਿ ਆਪਣਾ ਬਚਾ ਨਹੀਂ ਸਕਦੇ। ਰਾਹ ਦੇ ਵਿੱਚੋਂ ਇੱਥੋਂ ਕਮ ਸੇ ਕਮ ਵੀ 18-20 ਕਿਲੋਮੀਟਰ ਇੱਥੋਂ ਹੈਗਾ ਆ, ਅਤੇ ਰਾਜ ਲੁੱਟਣ ਦਾ ਵੀ ਡਰ ਆ, ਕਿਉਂ ਕੋਈ ਗੱਲਬਾਤ ਨਹੀਂ। ਡਿੱਬੀਪੁਰੀ ਆਮ ਪਿੰਡ ਜਿਹਾ ਆ, ਅਤੇ ਸ਼ਹਿਰ ਦੇ ਵਿੱਚ ਹਰ ਕੋਈ ਸਹੂਲਤ ਹੈ, ਭਿੱਖੀਵਿੰਡ 'ਚ ਬਹੁਤ ਗਲਤ ਕਰ ਰਹੇ ਨੇ। ਜਿਹੜੇ ਮੌਜੂਦਾ MLA ਨੇ ਉਹਨਾਂ ਦੇ ਘਰ ਤੋਂ ਜਿਹੜੀ ਸਬਜ਼ੀ ਜਾਂ ਦਵਾਈ ਜਾ ਰਹੀ ਹੈ, ਉਹ ਉਹਨਾਂ ਦੇ ਘਰ ਤੋਂ ਕਿੰਨੀ ਦੂਰ ਹੈ? ਉਹ ਬਿਲਕੁਲ ਥੋੜ੍ਹੀ ਜਿਹੀ ਲੱਗੇ ਆ, 5-6 ਕਿਲੋਮੀਟਰ ਤਾਂ ਹੈਗੀ ਆ। ਅਤੇ ਜਿਹੜੀ ਮੌਜੂਦਾ ਇਸ ਟਾਈਮ ਉਹ ਕਿੰਨੇ ਕਿਲੋਮੀਟਰ ਦੂਰ ਹੈ? ਉਹ ਇਸ ਵੇਲੇ ਹੈਗੀ ਆ ਜੀ, ਉਹ 24-25 ਕਿਲੋਮੀਟਰ 'ਤੇ ਹੋਣੀ ਜੀ।
ਤੇ ਤੁਸੀਂ ਕੀ ਮੰਗ ਕਰਦੇ ਸੀ? ਅਸੀਂ ਮੰਗ ਕਰਦੇ ਹਾਂ ਕਿ ਸਾਰ ਤਸੀਲ ਜਿਹੜੀ ਉਹ ਭਿੱਖੀਵਿੰਡ 'ਚ ਰੱਖੀ ਜਾਵੇ, ਕਿਉਂ ਭਿੱਖੀਵਿੰਡ ਦੇ ਲੋਕ, ਦਿਆਲਪੁਰੇ ਦੇ ਬਾਠਾਂ ਦੇ, ਸਬਾਜਪੁਰ ਘੁਰਤਵਿੰਡ ਦੇ ਲੋਕ, ਸੁਰ ਸਿੰਘ ਦੇ ਲੋਕ, ਖਾਲੜਾ, ਨਾਰਲੀ, ਸਾਰੇ ਲੋਕ ਭਿੱਖੀਵਿੰਡ ਖੁਸ਼ ਆ। ਇਹ ਕਰਕੇ ਜਿਹੜਾ ਬੰਦਾ ਦੂਰੋਂ ਆਊਗਾ ਉਹ ਪਹਿਲਾਂ ਦਿਆਲਪੁਰੇ ਆਊਗਾ, ਦਿਆਲਪੁਰਾ ਭਿੱਖੀਵਿੰਡ ਆਊਗਾ, ਭਿੱਖੀਵਿੰਡੋਂ ਡਿੱਬੀਪੁਰੇ ਜਾਊਗਾ। ਮੰਨ ਲਓ ਇਸ ਧਰਨੇ ਤੋਂ ਬਾਅਦ ਵੀ ਜੇ ਮੰਨ ਲਓ ਤਸੀਲ ਉੱਥੇ ਜਾਂਦੀ ਹੈ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਸਾਡਾ ਧਰਨਾ ਜਿਹਾ ਜਾਰੀ ਰਹੂਗਾ, ਵੱਧ ਤੋਂ ਵੱਧ ਜਿੱਥੇ ਸਾਨੂੰ ਹਾਈਕੋਰਟ 'ਚ ਵੀ ਜਾਣਾ ਪਿਆ ਉੱਥੇ ਵੀ ਜਾਵਾਂਗੇ। ਟੀਚਰ ਬੇਚਾਰਾ ਉਹ ਮਿੰਟ ਤੋਂ ਪਿੱਛੇ ਲਿਆ ਆ ਰਿਹਾ ਸੀ, ਉਹਦੇ ਤੋਂ 1 ਕਿਲੋਮੀਟਰ ਦੂਰ ਆ ਪਿੱਛੇ ਲਿਖਾਣੇ, ਉਹਦੇ ਦਾਖਲ ਮਾਰ ਕੇ ਉਹਦਾ ਪਰਸ ਖੋਲਿਆ ਗਿਆ, ਮੋਬਾਇਲ ਖੋਲਿਆ ਗਿਆ, ਪੁਲਿਸ ਉਹਦਾ ਪਰਸ ਕਰਨੀ ਕਰ ਦਿੱਤੀ ਸੀ। ਉਹਨਾਂ ਇੱਥੇ ਧਰਨਾ ਲਾਇਆ ਜਾਣ ਚੌਂਕ ਦੇ ਵਿੱਚ, ਫਿਰ ਜਾ ਕੇ ਪੁਲਿਸ ਨੇ ਉਹਨਾਂ ਦੀ ਸੁਣਵਾਈ ਕੀਤੀ। ਜਦੋਂ ਆਮ ਆਦਮੀ ਰਜਿਸਟਰੀ ਕਰਾਉਣ ਵਾਸਤੇ ਇੱਥੇ 15 ਕਿਲੋਮੀਟਰ ਦੂਰ ਜਾਏ, ਆਪਣੇ ਪੈਸੇ ਨਾਲ ਲੈ ਕੇ ਉੱਥੇ ਜਾਵੇਗਾ, ਉਹ ਆਪਣੇ ਆਪ ਨੂੰ ਸੇਫ ਕਿਵੇਂ ਕਰਵਾਵੇਗਾ? ਉਹਦੇ ਨਾਲ ਪੈਸੇ ਰਸਤੇ ਵੀ ਨਹੀਂ ਲੁਟਵਾ ਹੋ ਜਾਏਗੀ। ਇਸ ਕਰਕੇ ਇੱਥੋਂ ਉਸ ਪਿੰਡ ਜਿਹੜਾ ਬੜੀ ਆ, ਇੱਥੋਂ ਉੱਥੇ ਜਾਂਦੀ ਆ ਬਹੁਤ ਹੀ ਨੁਕਸਾਨਦਾਇਕ ਹੁੰਦੀ ਆ ਲੋਕਾਂ ਵਾਸਤੇ, ਇੱਕ ਲੋਕਾਂ ਦੀ ਵੇਸਟ, ਮਨੀ ਦੀ ਵੇਸਟ ਆ, ਇੱਕ ਲੋਕਾਂ ਨੂੰ ਜਿਹੜੀ ਲੋਕਾਂ ਨੂੰ ਸਮਝਦੇ ਪਏ ਵੀ ਇੱਥੋਂ ਜਿਹੜੀ ਚੀਜ਼ ਚੁੱਕ ਕੇ ਇਹ ਭਿੱਖੇ ਦੇ ਸ਼ਹਿਰ ਆ, ਇੱਕ ਕਸਬਾ ਹੈ, ਇਹਨੂੰ ਫੇਰ ਸੌਂਪਣਾ ਪੈਂਦਾ ਹਰ ਇੱਕ ਜਿਹੜਾ ਜਾ ਕੇ ਸ਼ੋਪਿੰਗ ਕਰਦਾ ਹੈ ਭਿੱਖੀਵਿੰਡ ਸ਼ਹਿਰ ਦੇ ਵਿੱਚ। ਉਹਨਾਂ ਵਾਸਤੇ ਭਿੱਖੀਵਿੰਡ ਇੱਕ ਬੜਾ ਤਕੜਾ ਸ਼ਹਿਰ ਹੈ, ਜਦੋਂ ਕਿ ਡਿੱਬੀਪੁਰ ਵਿੱਚ ਕੋਈ ਗੱਲ ਨਹੀਂ, ਬਾਤ ਨਹੀਂ, ਇੱਥੋਂ ਚੁੱਕ ਕੇ ਜਿਹੜੀ ਫੈਸਿਲਿਟੀ ਆ ਇਹ ਜਿਹੜੀ ਖੋਹ ਕੇ ਬਿਜਲੀ ਖੋਹ ਕੇ ਡਿੱਬੀਪੁਰ ਵਿਖੇ ਲਿਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਆ। ਡਾਕਟਰ ਸਰਕਾਰ ਕੋਲ ਇਹ ਭਿੱਖੀਵਿੰਡ ਦੀ ਚੀਜ਼ ਦਾ ਜਿਹੜਾ ਨੋਟੀਫਿਕੇਸ਼ਨ ਆ ਭਿੱਖੀਵਿੰਡ ਵਾਸਤੇ ਹੈ, ਇਹ ਭਿੱਖੀਵਿੰਡ ਵਾਸਤੇ ਹੀ ਰਹਿਣ ਦਿੱਤਾ ਜਾਵੇ, ਨਾ ਕਿ ਡਿੱਬੀਪੁਰ ਵਿਖੇ। ਇਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਹਲੇ ਜਿਹੜੀ ਸਾਡੀ ਫਾਈਲ ਹੈ ਭਿੱਖੀਵਿੰਡ 'ਤੇ ਉਹ ਕਾਫੀ ਤੇਜ਼ੀ ਨਾਲ ਉੱਪਰ ਚੱਲ ਰਹੀ ਪ੍ਰੋਸੈਸ ਚੱਲ ਰਹੀ ਹੈ, ਚੱਲਦੀ ਹੈ, ਦੁਬਾਰਾ ਅਸੀਂ ਸਬ ਡਿਵੀਜ਼ਨ ਸਟੇਟਸ ਉਹਦਾ ਜੋ ਪੂਰਾ ਕਰਾਂਗੇ। ਜਿਹੜਾ ਆਰਜ਼ੀ ਤੌਰ 'ਤੇ ਉਰੇ ਦਫ਼ਤਰ ਚਲਾਉਣ ਦੀ ਗੱਲ ਹੈ, ਉਹ ਜਗ੍ਹਾ ਦੱਸ ਦੇਣ ਕੋਈ, ਉੱਥੇ ਅਸੀਂ ਮੀਟਿੰਗ ਕਰ ਲਾਂਗੇ ਅਤੇ ਉੱਥੇ ਅਸੀਂ ਸਾਰਾ ਢਾਂਚਾ ਤਿਆਰ ਕਰਕੇ ਉੱਥੋਂ ਦਫ਼ਤਰ ਸ਼ੁਰੂ ਕਰਾਂਗੇ। ਜਿਹੜਾ ਇਹ ਰੋਸੇ ਨਾਲ ਦੱਸ ਸੀਗੇ ਕਿ ਜਿਹੜੀ ਭਿੱਖੀਵਿੰਡ ਸੀਲ ਬਣ ਕੇ ਡਿੱਬੀਪੁਰੇ ਜਾ ਰਹੀ ਹੈ, ਨਹੀਂ ਇਹਦੇ ਬਾਰੇ ਹਲੇ ਕੋਈ ਸਾਨੂੰ ਸਰਕਾਰੀ ਤੌਰ 'ਤੇ ਜਾਣਕਾਰੀ ਨਹੀਂ ਹੈ, ਇਹਦੇ ਮਤਲਬ ਇੱਕ ਅਜੇ ਤੱਕ ਬਦਲੀ ਨਹੀਂ ਜਾ ਰਹੀ। ਨਹੀਂ, ਇਹ ਭਿੱਖੀਵਿੰਡ ਦਾ ਜਿਹੜਾ ਹੈਗਾ ਫਾਈਲ ਤੋਂ ਜਿਹੜੇ ਪਿੰਡ ਭਿੱਖੀਵਿੰਡ ਨਾਲ ਜੁੜਨੇ ਆ ਆਲਮੋਸਟ ਮੁਕੰਮਲ ਹੋ ਗਏ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।